ਦੇਖੋ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਸਿੱਖਾਂ ਨੇ ਸਿਆਸੀ ਵਿੰਗ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਸਤੇ ਧਰਮ ਪ੍ਰਚਾਰ ਦੇ ਵਿੱਚ ਨਾਲ ਸਹਾਈ ਹੋਏਗਾ। ਲੋਕਾਂ ਦੇ ਵਿੱਚ ਸਿੱਖਾਂ ਦੇ ਮਸਲੇ ਹੱਲ ਕਰਾਉਣ ਵਾਸਤੇ ਹਰ ਸਰਕਾਰ ਕੋਲ ਜਾ ਕੇ ਗੱਲ ਵੀ ਕਰੇਗਾ ਅਤੇ ਸੰਘਰਸ਼ ਵੀ ਕਰੇਗਾ। ਉਹ ਸੰਘਰਸ਼ ਕੀਤੇ ਹੌਲੀ ਹੌਲੀ ਸ਼੍ਰੋਮਣੀ ਅਕਾਲੀ ਦਲ ਇੱਕ ਰਾਜਨੀਤਿਕ ਪਾਰਟੀ ਵੱਡੀ ਬਣ ਗਈ ਜਿਹਨੂੰ ਸਰਕਾਰਾਂ ਵੀ ਬਣਾਉਣ ਦਾ ਮੌਕਾ ਮਿਲਿਆ। ਅਤੇ ਅੱਜ ਜਿਹੜੇ ਸਿੱਖ ਸੰਗਤ ਸੀ ਉਹ ਮਹਿਸੂਸ ਕਰਦੀ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੇ ਕੈਂਡੀਡੇਟ ਜਿਤਾ ਕੇ ਭੇਜਦੇ ਆ, ਅਤੇ ਜਦੋਂ ਚੋਣ ਤੋਂ ਬਾਅਦ ਕੋਈ ਕੰਮ ਵੀ ਹੁੰਦੇ ਆ ਅਤੇ ਆਮ ਸਿੱਖ �ੰਗਤ ਦੇ ਮਨ 'ਚ ਇਹ ਗੱਲ ਆ ਗਈ ਕਿ ਸ਼ਾਇਦ ਇੱਥੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੁੰਦਾ ਹੈ। ਜਦੋਂ ਕਿ ਚੋਣਾਂ ਲੜ ਕੇ ਉੱਥੋਂ ਆਉਂਦੇ ਆ, ਕੋਈ ਆਜ਼ਾਦ ਵੀ ਕਰਵਾਉਂਦੇ ਆ, ਪਰ ਲੋਕ ਨਹੀਂ ਪ੍ਰਵਾਨ ਕਰਦੇ। ਲੋਕ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਜਿਤਾ ਕੇ ਭੇਜਦੇ ਸੀ, ਪਰ ਅੱਜ ਮਹਿਸੂਸ ਕੀਤਾ ਜਾ ਰਿਹਾ ਸੀਗਾ ਕਿ ਸਿਆਸੀ ਪਾਰਟੀ ਇਹ ਉੱਪਰ ਭਾਰੀ ਹੋ ਗਈ ਹੈ ਧਾਰਮਿਕ ਸੰਸਥਾ ਨਾਲੋਂ। ਸੋ ਜਿਹੜਾ ਵਿੰਗ ਸੀਗਾ ਸਿਆਸੀ ਉਹ ਸਿਰਮੌਰ ਆਪਣੇ ਆਪ ਨੂੰ ਸਮਝਣ ਲੱਗ ਪਿਆ। ਜਿਹੜਾ ਧਾਰਮਿਕ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਰਮੌਰ ਸੰਸਥਾ ਕਿਹਾ ਜਾਂਦਾ ਸੀ, ਉਹਨੂੰ ਇੱਕ ਵਿੰਗ ਬਣਾ ਦਿੱਤਾ ਗਿਆ। ਸੋ ਇਹ ਗੱਲਾਂ ਸੰਗਤ ਨੂੰ ਬਰਦਾਸ਼ਤ ਨਹੀਂ ਸੀ। ਸਿੱਖ ਸੰਗਤ ਚਾਹੁੰਦੀ ਸੀ ਕਿ ਸਿੱਖ ਕਿਤੇ ਵੀ ਬੈਠਾ ਹੋਵੇ ਉਹ ਮਾਣ ਨਾ ਕਹਿ ਸਕੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖਾਂ ਦੀ ਮਹਾਨ ਸੰਸਥਾ ਹੈ ਅਤੇ ਇਹ ਸਾਰੇ ਲੋਕਾਂ ਦਾ ਵਿਸ਼ਵਾਸ ਜਿੱਤ ਸਕੇ, ਸਾਰੇ ਸਿੱਖਾਂ ਦੀ ਸੋਚ ਨੂੰ ਇੱਕ ਪਲੈਟਫਾਰਮ 'ਤੇ ਲਿਆ ਕੇ ਉਹਨੂੰ ਪੂਰੀ ਕਰ ਸਕੇ। ਤਾਂ ਮੈਂ ਸਮਝਦੀ ਹਾਂ ਕਿ ਇਹ ਅਸੀਂ ਸ਼੍ਰੋਮਣੀ ਅਕਾਲੀ ਪੰਥ ਇਸ ਲਈ ਬਣਾਇਆ ਕਿ ਅਸੀਂ ਸਾਰੇ ਸਿੱਖਾਂ ਨੂੰ ਆਵਾਜ਼ ਮਾਰ ਸਕੀਏ ਕਿ ਆਓ ਸਾਰੇ ਰਲ ਕੇ ਇਸ ਧਾਰਮਿਕ ਸੰਸਥਾ ਦੇ ਵਿੱਚ ਬੈਠ ਕੇ ਆਪਾਂ ਚੰਗੇ ਫੈਸਲੇ ਕਰ ਸਕੀਏ। ਔਰ ਸਾਂਝੇ ਤੌਰ ਦੇ ਉੱਤੇ ਉਮੀਦਵਾਰ ਜਦੋਂ ਸਮਾਂ ਆਏ ਚੋਣਾਂ ਦਾ, ਉਦੋਂ ਅਸੀਂ ਇੱਥੇ ਚੁਣ ਕੇ ਸਿਲੈਕਟ ਕਰਕੇ ਇੱਕ ਪਾਰਲੀਮਾਨੀ ਬੋਰਡ ਰਾਹੀਂ ਉੱਥੇ ਚੋਣਾਂ 'ਚ ਭੇਜੀਏ। ਚੋਣ ਲੋਕਾਂ ਨੇ ਲੜਾਉਣੀ ਹੁੰਦੀ ਹੈ, ਵੋਟਾਂ ਸਿੱਖਾਂ ਨੇ ਪਾਉਣੀਆਂ ਹੁੰਦੀਆਂ। ਜਿਹਨੂੰ ਵੀ ਕੋਈ ਚੁਣ ਕੇ ਭੇਜੇ ਉਹ ਸਭ ਨਾਲ ਪ੍ਰਵਾਨ ਹੋਣਾ ਚਾਹੀਦਾ ਤਾਂ ਜੋ ਕੋਈ ਸਿਆਸੀ ਲੋਗੋ ਨਾ ਲੱਗ ਸਕੇ, ਜੋ ਸਿਆਸੀ ਉਹਦੇ ਉੱਤੇ ਟੈਗ ਨਾ ਲੱਗ ਸਕੇ। ਜੋ ਸਿਆਸੀ ਟੈਗ ਲੱਗ ਜਾਂਦਾ ਉਦੋਂ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਕਿ ਅੰਦਰ ਮਾਹੌਲ ਖਰਾਬ ਹੁੰਦਾ। ਇਸ ਕਰਕੇ ਇਹ ਮਨੋਰਥ ਜਿਹੜਾ ਸੀਗਾ ਉਹ ਸਾਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਪਾਰਟੀ ਬਾਜ਼ੀ ਤੋਂ ਰਹਿਤ ਹੋ ਕੇ ਆਪਣੀ ਆਜ਼ਾਦੀ ਨਾਲ ਕੰਮ ਕਰ ਸਕੇ, ਖੁਦ ਮੁਖਤਿਆਰੀ ਨਾਲ ਫੈਸਲੇ ਕਰ ਸਕੇ। ਔਰ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਹੈ ਉਹਦੀਆਂ ਟਰਮਸ ਕੰਡੀਸ਼ਨ ਜਿਹੜੀਆਂ ਨੇ ਸਮਾਕਾਰਨੀ ਜਿਹੜੀ ਹੈ ਸਮਾਕਾਰ ਉਹ ਨਿਯਤ ਕਰ ਸਕੇ। ਅਤੇ ਜਿਹੜੇ ਉੱਥੇ ਆਮ ਤੌਰ 'ਤੇ ਮਹਿਸੂਸ ਕਰਦੇ ਸੀ ਵੀ ਦਖਲਅੰਦਾਜ਼ੀ ਸਿਆਸੀ ਜ਼ਿਆਦਾ ਉਹਨੂੰ ਘਟਾਇਆ ਜਾ ਸਕੇ। ਇਹ ਫਿਲਹਾਲ ਜੀ ਧਾਰਮਿਕ ਹੀ ਬਣਾਈ ਗਈ ਸੀ। ਸ਼੍ਰੋਮਣੀ ਅਕਾਲੀ ਪੰਥ ਨਾ ਹੀ ਇਸ ਲਈ ਰੱਖਿਆ ਕਿ ਪੰਥਕ ਸੋਚ ਨਾਲ ਹੀ ਅਸੀਂ ਚੱਲਣਾ। ਸਮਾਂ ਆਉਣ 'ਤੇ ਦੱਸਾਂਗੇ। ਜਿਹੜੀ ਇਹ ਸ਼੍ਰੋਮਣੀ ਕਮੇਟੀ ਚੋਣ ਹੈ ਇਹ ਸਭਨਾਂ ਨੂੰ ਸੱਦਾ ਹੈ, ਸਭਨਾਂ ਨੂੰ ਮਤਲਬ ਹਰ ਸਿੱਖ ਦੀ ਜਿਹੜਾ ਕਿ ਸ਼ਰਤਾਂ ਪੂਰੀਆਂ ਕਰਦਾ, ਸ਼੍ਰੀ ਅਕਾਲ ਤਖਤ ਸਮਰਪਿਤ ਹੈ। ਉਹ ਕੋਈ ਕਿਸੇ ਵੀ ਪਾਰਟੀ ਦਾ ਵੋਟਰ ਹੈ ਤਾਂ ਉਹ ਇਹ ਨਾ ਸੋਚੇ ਕਿ ਮੈਂ ਵੋਟ ਕਿਹਨੂੰ ਪਾਉਣਾ, ਉਹ ਇਹ ਸੋਚੇ ਕਿ ਮੈਂ ਸਿੱਖ ਕੌਮ ਦੀ ਉਸ ਸੰਸਥਾ ਨੂੰ ਵੋਟ ਪਾਉਣੀ ਹੈ। ਉਹ ਆਪਣੀ ਵੋਟ ਬਣਾ ਸਕਦਾ, ਸ਼ਰਤਾਂ ਪੂਰੀਆਂ ਕਰਨ ਵਾਲਾ ਸਿੱਖ ਉਹਨੂੰ ਮਨਾਹੀ ਨਹੀਂ ਕੀਤੀ ਜਾ ਸਕਦੀ। ਅਤੇ ਚੋਣ ਲੜਨ ਵਾਸਤੇ ਅੰਮ੍ਰਿਤਾ ਹੀ ਹੋਣਾ ਬਹੁਤ ਜ਼ਰੂਰੀ ਹੈ, ਉਹ ਵੀ ਸ਼ਰਤਾਂ ਜਿਹੜੀਆਂ ਵੱਖਰੀਆਂ ਨੇ। ਸੋ ਇਸ ਕਰਕੇ ਜੋ ਚੋਣ ਦੀ ਗੱਲ ਹੈਗੀ ਉਹ ਕਰਾਂਗੇ। ਜਿਹੜੀ ਦੂਸਰੀ ਸਿਆਸੀ ਚੋਣ ਹੈ ਉਹ ਸਮਾਂ ਆਏਗਾ, ਉਸ ਵੇਲੇ ਦੱਸਾਂਗੇ, ਹੁਣ ਮੈਂ ਨਹੀਂ ਕੁਛ ਕਹਿ ਸਕਦੀ। ਮੈਂ ਨਿਮਰਤਾ ਸਾਹਿਬ ਬੇਨਤੀ ਕਰਾਂਗੀ ਕਿ ਜਦੋਂ ਵੋਟਾਂ ਦਾ ਸਮਾਂ ਸ਼ੁਰੂ ਹੋਵੇ ਸਾਰੇ ਸਿੱਖ ਜਿਹੜੇ ਕਿ ਪੂਰਨ ਸਿੱਖ ਹੋਣ, ਸ਼ਰਤਾਂ ਪੂਰੀਆਂ ਕਰਦੇ ਹੋਣ ਅਤੇ ਆਪਣੇ ਉਸ ਮਹਾਨ ਸੰਸਥਾ ਵਾਸਤੇ ਵੋਟ ਪਾਉਣ ਦਾ ਸ਼ੌਕ ਰੱਖਦੇ ਹੋਣ, ਉਹ ਜ਼ਰੂਰ ਵੋਟ ਬਣਾਉਣ ਤਾਂ ਜੋ ਜਦੋਂ ਚੋਣ ਆਵੇ ਉਹ ਆਪਣਾ ਵੋਟ ਦਾ ਅਧਿਕਾਰ ਫਰਜ਼ ਸਮਝ ਕੇ ਪੂਰਾ ਕਰੇ ਅਤੇ ਆਪਣੇ ਚੰਗੀ ਸੋਚ ਵਾਲੇ ਵਿਅਕਤੀਆਂ ਨੂੰ ਉੱਥੇ ਭੇਜ ਸਕਣ। ਫਿਰ ਬਾਅਦ ਵਿੱਚ ਅਸੀਂ ਪਛਤਾਵਾ ਕਰਦੇ ਹਾਂ, ਬਾਅਦ ਵਿੱਚ ਅਸੀਂ ਮਹਿਸੂਸ ਕਰਦੇ ਹਾਂ। ਸੋ ਮੈਂ ਜਿਹੜੇ ਮੇਰੇ ਵੀਰ ਅਜੇ ਸਿੱਖੀ ਤੋਂ ਵਾਂਝੇ ਹਨ, ਜਿਹੜੇ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਆ ਕਿ ਕੇਸ ਕਤਲ ਕਰਦੇ ਆ ਪਤਿਤ ਨੇ, ਉਹ ਕਿਰਪਾ ਕਰਕੇ ਆਪਣੇ ਪੂਰਨ ਸਰੂਪ 'ਚ ਆਓ ਤਾਂ ਜੋ ਤੁਹਾਡੀ ਵੋਟ ਬਣ ਸਕੇ ਅਤੇ ਉੱਥੇ ਵੋਟ ਆਪਣੀ ਪਾ ਕੇ ਫਰਜ਼ ਪੂਰਾ ਕਰ ਸਕੋ। ਬੀਬੀ ਦੇਖੋ, ਮੈਂ ਤਾਂ ਜ਼ਿੰਦਗੀ ਦੇ ਵਿੱਚ ਹੈ ਹੀ ਅਕਾਲੀ ਹਾਂ ਜੀ, ਅਕਾਲੀ ਮਰਾਂਗੇ, ਅਕਾਲੀ ਜਿਉਂਦੇ ਰਹਿਣਾ। ਪਰ ਗੱਲ ਇਹ ਹੈਗੀ ਹੈ ਕਿ ਅਕਾਲੀ ਇੱਕ ਸੋਚ ਦਾ ਨਾਂ ਹੈ, ਕਿਸੇ ਵਿਅਕਤੀ ਦਾ ਨਾਂ ਨਹੀਂ ਹੈਗਾ। ਜੇ ਉਹਨਾਂ ਨੇ ਜਿਹੜੇ ਰੁੱਸ ਕੇ ਗਏ ਹੋਣਗੇ ਜਾਂ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਗਏ ਹੋਣਗੇ, ਇਹ ਉਹਨਾਂ ਦੀ ਮਰਜ਼ੀ ਹੈ ਵਾਪਸ ਜਾਣਾ। ਉਹਨਾਂ ਦੀ ਅਪੀਲ ਪਾਰਟੀ ਲੈਵਲ 'ਤੇ ਉਹਨਾਂ ਲਈ ਬਹੁਤ ਅੱਛੀ ਹੈ, ਕਿਉਂਕਿ ਉਹਨਾਂ ਨੂੰ ਉਹਨਾਂ ਦਾ ਫਰਜ਼ ਬਣਦਾ ਆਪਣੀ ਪਾਰਟੀ ਲਈ ਅਪੀਲ ਕਰਨੀ। ਮੈਨੂੰ ਤਾਂ ਉਹਨਾਂ ਨੇ ਆਪ ਬਾਹਰ ਭੇਜਿਆ, ਸੋ ਮੈਂ ਆਪਣੇ ਆਪ ਕਿੱਦਾਂ ਜਾ ਸਕਦੀ ਹਾਂ ਕਿ ਮੈਂ ਵਾਪਸ ਚਲੀ ਜਾਵਾਂ। ਹੋ ਸਕਦਾ ਕਿ ਉਹਨਾਂ ਨੂੰ ਮੇਰੇ 'ਤੇ ਕੋਈ ਗੁੱਸਾ ਹੋਵੇ ਜਾਂ ਮੇਰੀਆਂ ਜੋ ਮੈਂ ਸਿਧਾਂਤਕ ਗੱਲਾਂ ਕੀਤੀਆਂ ਸੀ ਉਹਨਾਂ ਨੂੰ ਨਹੀਂ ਚੰਗੀਆਂ ਲੱਗੀਆਂ ਹੋਣਗੀਆਂ, ਕਿਉਂਕਿ ਮੇਰੀ ਨਿੱਜ ਦੀ ਲੜਾਈ ਤਾਂ ਹੈ ਹੀ ਨਹੀਂ, ਨਾ ਮੇਰੀ ਕੋਈ ਮੰਗ ਸੀ ਜਿਹੜੀ ਕੋਈ ਪੂਰੀ ਨਹੀਂ ਕਰ ਸਕੇ। ਮੇਰਾ ਰੋਸਾ ਹੁੰਦਾ ਤਾਂ ਜੇ ਮੈਂ ਕੋਈ ਆਪਣੇ ਨਿੱਜ ਲਈ ਕੋਈ ਸ਼ਰਤ ਰੱਖੀ ਹੋਵੇ। ਸੋ ਇਸ ਕਰਕੇ ਮੇਰਾ ਕੋਈ ਰੋਸਾ ਨਹੀਂ ਅਤੇ ਨਾ ਮੈਂ
कोई गुस्से नाल निकल के आई हैं तो बाहर निकल गए पार्टी चो। सो मैं समझती हाँ कि अपील हम व्यक्ति लागू नहीं होंगी किसी ने जो रुसया होगा उन्होंने मनाऊंगे। मैं सिद्धांतों की गल की जो सिद्धांतों मनते सिद्धांतक तौर पर पहरेदारी करनी चाहते हो बाद की गल